सतगुरु जी दी प्यारी प्यारी सह संगत जी, धन धन सतगुरु तेरा ही आसरा। गुरु प्यारी साहब संगत जी, जिवें आपां नूं पता ही है अज 17 अगस्त है, ते 17 अगस्त 2017 नूं गुरु पिता जी ने एक भंडारियां तों बाद मीटिंग रखी सी सारे सेवादारां दी। ओह मीटिंग लगभग 6 साल पहला हुई, मतलब गुरु पिता जी 25 अगस्त नूं गए आ, ते गुरु पिता जी ने अपने जान तों पहला जो आखरी मीटिंग सेवादारां नाल कीती ਉਹ 17 अगस्त ਦੀ ਮੀਟਿੰਗ ਹੀ ਸੀ। ਉਸ ਤੋਂ ਬਾਅਦ ਜੋ 25 अगस्त ਹੈ ਉਸਨੂੰ ਤਾਂ ਉਸ ਦਿਨ ਤਾਂ ਗੁਰੂ ਪਿਤਾ ਜੀ ਕਿਸੇ ਨੂੰ ਮਿਲੇ ਹੀ ਨਹੀਂ। ਤਾਂ ਆਪਾਂ ਸਾਰਿਆਂ ਨੇ ਗੁਰੂ ਪਿਤਾ ਜੀ ਦੇ ਜੋ ਦਰਸ਼ਨ ਕੀਤੇ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਜਾਂ ਵਿਚਾਰ ਸੁਣੇ ਜਾਂ ਗੁਰੂ ਪਿਤਾ ਜੀ ਕੀ ਚਾਹੁੰਦੇ ਆ, ਕੀ ਹੋਇਆ ਉਸ ਦਿਨ, ਉਹ ਸਾਰਾ 17 ਤਰੀਕ ਦੀ ਮੀਟਿੰਗ ਦਾ ਹੀ ਇਤਿਹਾਸ ਹੈ। ਤਾਂ ਉੱਥੇ ਆਪਾਂ ਇੱਕ ਤਾਂ ਇਹ ਚੀਜ਼ ਦੇਖੀ ਉਸ ਦਿਨ ਵੀ ਗੁਰੂ ਪਿਤਾ ਜੀ ਉਸ ਦਿਨ ਬਹੁਤ ਜ਼ਿਆਦਾ ਉਦਾਸ ਸੀ। मतलब कि सजा बेशक 15-25 अगस्त में सुनाई जाती है, पर 17 अगस्त वाले दिन भी मीटिंग दे विच गुरु पिता जी बहुत ज्यादा उदास सी। होर कोई गल नहीं कीती गई, आपां नूं भी पता है बार बार एको ही गल कीती गई। कोई हरियाणा वाला कहिंदा सी हरियाणा उड़ा देंगे, पंजाब वाले कहिंदे सी पंजाब उड़ा देंगे, दिल्ली वाले कहिंदे सी दिल्ली का नक्शा भारत तो मिटा देंगे, ਤੇ ਕਈ ਕਹਿੰਦੇ ਅਸੀਂ ਭਾਰਤ ਦੇ ਨਕਸ਼ੇ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦਾਂਗੇ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਅੱਜ ਤੱਕ ਕਿਤੇ ਲੱਭਦੇ ਵੀ ਨਹੀਂ ਹੈ, ਪਰ ਉਸ ਦਿਨ ਕੋਈ ਹੋਰ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ ਗਈ। ਤੇ ਜਦੋਂ ਵੀ ਇਹਨਾਂ ਸਾਰਿਆਂ ਨੇ ਇਹ ਪ੍ਰੀ ਪਲੈਨਿੰਗ ਜੋ ਇਹਨਾਂ ਦੀ ਸੀ ਉਸ ਹਿਸਾਬ ਨਾਲ ਗੱਲਾਂ ਕੀਤੀਆਂ, ਤਾਂ ਗੁਰੂ ਪਿਤਾ ਜੀ ਬਾਰ ਬਾਰ ਇਹਨਾਂ ਨੂੰ ਇੱਕੋ ਹੀ ਜਵਾਬ ਦਿੰਦੇ ਰਹੇ ਵੀ ਬੇਟਾ ਜੋ ਤੁਸੀਂ ਸੋਚਦੇ ਹੈ ਉਹ ਪਰਮ ਪਿਤਾ ਜੀ ਕਦੇ ਵੀ ਨਹੀਂ ਹੋਣ ਦੇਣਗੇ। ਤਾਂ चलो होंगे भी एक बारी दो बारी, मतलब जेड़ा भी खड़ा हो वे इको ही गल, जेड़ा कोई खड़ा हो वे उही इको ही गल, चाहे कोई जूथ का खड़ा हो जाए, बाई खड़ा हो जाए, भैन खड़िया हो जाए, प्रबंधक खड़ा हो जाए, तो आखिर आक के गुरु पिता जी ने कहा भी बेटा तुसी साडे तो बार बार क्यों कहा रहे हैं भी कोई होर गल कर लो। परम पिता जी नूं असीं जे एक बारी कोई गल कह दईए ना, वह साडा एक बारी ਕਿਹਾ ਹੋਇਆ ਵੀ ਨਹੀਂ ਮੋੜਦੇ, ਤੇ ਤੁਸੀਂ ਤਾਂ ਸਾਡੇ ਤੋਂ ਇੰਨੀ ਵਾਰੀ ਵਾਰ ਵਾਰ ਕਹਾ ਰਹੇ ਹੈ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਇਹ ਗੁਰੂ ਪਿਤਾ ਜੀ ਨੂੰ ਉਸ ਦਿਨ ਪੂਰਾ ਇਰੀਟੇਟ, ਸਮਝ ਲਓ ਵੀ ਜਿਵੇਂ ਪਿਤਾ ਜੀ ਖਿੱਝ ਗਏ ਅਖੀਰ ਦੇ ਵਿੱਚ ਵੀ ਜਦੋਂ ਕੋਈ ਹੋਰ ਗੱਲ ਹੀ ਨਾ ਕਰਨੀ, ਇੱਕੋ ਹੀ ਗੱਲ ਵਾਰ ਵਾਰ ਕਰੇ, ਤਾਂ ਬਾਕੀ ਗੁਰੂ ਪਿਤਾ ਨੂੰ ਤਾਂ ਪਤਾ ਹੀ ਸੀ। ਇਹ ਤਾਂ ਠੀਕ ਹੈ ਵੀ ਆਪਾਂ ਆਮ ਸੇਵਾਦਾਰਾਂ ਨੂੰ ਨਹੀਂ ਸੀ ਪਤਾ ਵੀ ਇਸ ਗੱਲ ਦਾ ਅਸਲੀਅਤ ਦਾ ਵੀ ਪਿਤਾ ਜੀ ਇਹ ਕਿਉਂ ਕਹਿ ਰਹੇ ਵੀ ਜੋ ਤੁਸੀਂ ਸੋਚ ਰਹੇ ਆ ਉਹ ਪਰਮ ਪਿਤਾ ਜੀ ਨਹੀਂ ਹੋਣ ਦੇਣਗੇ। ਆਪਾਂ ਨੇ ਤਾਂ ਇੱਥੋਂ ਤੱਕ ਹੀ ਸੋਚ ਸੀ ਵੀ ਇਹ ਐਂ ਸੋਚਦੇ ਹੋਣੇ ਆ ਸਾਰੇ ਵੀ ਆਪਣੇ ਉਲਟ ਜਾਂ ਖਿਲਾਫ ਫੈਸਲਾ ਹੋਊਗਾ, ਤੇ ਪਿਤਾ ਜੀ ਕਹਿ ਰਹੇ ਵੀ ਬੇਟਾ ਜੋ ਤੁਸੀਂ ਸੋਚਦੇ ਹੋ ਨਹੀਂ ਹੋਊਗਾ, ਪਰਮ ਪਿਤਾ ਜੀ ਨਹੀਂ ਹੋਣ ਦੇਣਗੇ। ਪਰ ਗੁਰੂ ਪਿਤਾ ਨੂੰ ਤਾਂ ਪਤਾ ਸੀ ਇਹਨਾਂ ਦੇ ਅੰਦਰ ਕਿਹੋ ਜਿਹੀ ਘਟੀਆ ਸੋਚ ਚੱਲ ਰਹੀ ਹੈ, ਕਿਵੇਂ ਇਹ ਗੁਰੂ ਪਿਤਾ ਜੀ ਨੂੰ ਖਤਮ ਕਰਨਾ ਚਾਹੁੰਦੇ ਸੀ 25 ਅਗਸਤ ਨੂੰ ਹੀ, ਕਿਵੇਂ ਗੁਰੂ ਪਿਤਾ ਜੀ ਦਾ ਐਨਕਾਊਂਟਰ ਕਰਾਉਣਾ ਚਾਹੁੰਦੇ ਸੀ, ਜਾਂ 25 ਅਗਸਤ ਨੂੰ ਗੁਰੂ ਪਿਤਾ ਜੀ ਨੂੰ ਇਹ ਜਾਣ ਹੀ ਨਹੀਂ ਦੇਣਾ ਚਾਹੁੰਦੇ ਸੀ। ਉਹ ਵੀ ਇਹਨਾਂ ਨੇ 21-22 ਨੇ ਇੱਕ ਅਲੱਗ ਮੀਟਿੰਗ ਕੀਤੀ 22 ਨੂੰ, ਸ਼ਾਇਦ 21 ਨੂੰ ਜਾਂ 22 ਨੂੰ, ਉੱਥੇ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਗੁਰੂ ਪਿਤਾ ਜੀ ਦੇ ਪ੍ਰੈਸ਼ਰ ਬਣਾਇਆ ਵੀ ਤੁਸੀਂ ਨਹੀਂ ਜਾਣਾ। ਇਹਨਾਂ ਨੂੰ ਇਹ ਸੀਗਾ ਵੀ ਜਿਵੇਂ 1984 ਦੇ ਵਿੱਚ ਅੰਮ੍ਰਿਤਸਰ ਸਾਹਿਬ ਹੋਇਆ ਤੇ ਉਹੀ ਜਿਹੜਾ ਸੇਮ ਕਹਾਣੀ ਉਹ ਰਚੀ ਜਾਵੇ, ਕੀ ਪਤਾ ਇਹਨਾਂ ਦੇ ਅੰਦਰ ਕਿੰਨੀਆਂ ਕੁ ਬੁਰਾਈਆਂ ਚੱਲ ਰਹੀਆਂ ਸੀ। ਜਾਂ ਜੇ ਉੱਥੇ ਵੀ ਪੰਚਕੂਲਾ, ਫਿਰ ਪਿਤਾ ਜੀ ਨੇ ਆਪਣਾ ਟਵੀਟ ਕਰਤਾ ਕਿ ਅਸੀਂ ਜਾਵਾਂਗੇ, ਤਾਂ ਉਸ ਤੋਂ ਬਾਅਦ ਵੀ ਜੋ ਪੰਚਕੂਲਾ ਦੇ ਵਿੱਚ ਹੋਇਆ ਤੇ ਉਹਨਾਂ ਦੀ ਪਲੈਨਿੰਗ ਸੀ ਇੱਕ ਹੋਰ ਵੀ ਉੱਥੇ ਇਹਨਾਂ ਨੇ ਪੂਰੀ ਸਿਕਿਉਰਿਟੀ ਨੂੰ ਡਾਂਸਿੰਗ ਵਰਗਿਆਂ ਨੇ ਤਿਆਰ ਰੱਖਿਆ ਹੋਇਆ ਸੀ ਵੀ ਆਪਾਂ ਪਿਤਾ ਜੀ ਨੂੰ ਭਜਾਉਣਾ ਹੈ। ਵੀ ਤੁਸੀਂ ਆਪ ਸੋਚੋ ਕੁੱਲ ਮਾਲਕ ਜੇ ਉਹ ਸਾਨੂੰ ਇੰਨੀ ਉੱਚੀ ਸੁੱਚੀ ਸਿੱਖਿਆ ਦਿੰਦਾ ਹੈ ਕਿ ਉਹ ਉੱਥੋਂ ਭੱਜ ਜਾਂਦੇ, ਜੇ ਪਿਤਾ ਜੀ ਨੇ ਪੰਚਕੂਲੇ ਤੋਂ ਹੀ ਭੱਜਣਾ ਹੁੰਦਾ ਤੇ ਫਿਰ ਉਹ 300 ਗੱਡੀ ਦੇ ਵਿੱਚ ਨਾਲ ਲੈ ਕੇ ਗਏ ਆ ਉਹ ਪੰਚਕੂਲੇ, ਤੇ ਫਿਰ ਉਹ ਰਸਤੇ ਚ ਕਿਸੇ ਹੋਰ ਗੱਡੀ ਤੇ ਚੜ੍ਹ ਕੇ ਕਿਸੇ ਪਾਸੇ ਹੋਰ ਚਲੇ ਜਾਂਦੇ, ਤੇ ਸਰਕਾਰ ਨੂੰ ਕੀ ਪਤਾ ਲੱਗਣਾ ਸੀ, ਸਰਕਾਰ ਤਾਂ 3 ਘੰਟੇ ਸੋਚਦੇ ਰਹਿੰਦੀ ਵੀ ਬਾਬੇ ਦਾ ਕਾਫਲਾ ਆਈ ਜਾਂਦਾ ਤੇ 3 ਘੰਟੇ ਹੀ ਤਾਂ ਭਾਵੇਂ ਜੀ ਨੇਪਾਲ ਕ੍ਰੋਸ ਕਰ ਜਾਂਦੇ। ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹਨਾਂ ਨੇ ਗੁਰੂ ਪਿਤਾ ਜੀ ਨੂੰ ਉਸ ਮੀਟਿੰਗ ਦੇ ਵਿੱਚ ਵੀ ਇੰਨਾ ਕੁ ਠੱਠ ਕੀਤਾ ਵੀ ਹੋਰ ਕੋਈ ਗੱਲ ਹੀ ਨੀ ਕੀਤੀ। ਤਾਂ ਜਦੋਂ ਦੋ ਬਾਈਆਂ ਨੇ ਫਿਰ ਖੜੇ ਹੋ ਕੇ, ਪਤਾ ਨੀ ਉਹ ਹਰਿਆਣੇ ਦੇ ਜੂਥ ਦੇ ਸੀ ਅੱਗੇ, ਪਿਤਾ ਜੀ ਅਸੀਂ ਤਾਂ ਹਰਿਆਣਾ ਸਰਕਾਰ ਵੀ ਮਤਲਬ ਕਿ ਖੁਦ ਬਣਾਈ ਵੀ ਇੰਨੀ ਉੱਥੇ ਵੀ ਆਪਾਂ ਵੋਟ ਦਿੱਤੀ, ਜੇ ਸੈਂਟਰ ਸਰਕਾਰ ਵੀ ਖੁਦ ਬਣਾਈ, ਪਰ ਹੁਣ ਜਿਹੜੇ ਹੈਗੇ ਆ ਉਹ ਲੋਕ ਸਾਡੀ ਕੋਈ ਸੁਣਵਾਈ ਨੀ ਕਰਦੇ ਤੇ ਉਹ ਬਦਲ ਗਏ। ਤਾਂ ਉਦੋਂ ਪਿਆਰੀ ਸਾਹਿਬ ਸੰਗਤ
ਜੀ ਗੁਰੂ ਪੀ ਜੀ ਨੇ ਬੜਾ ਹੀ ਹੌਂਕਾ ਲੈ ਕੇ ਗੱਲ ਕਹੀ, ਕਹਿੰਦੇ ਬੇਟਾ ਸਾਰੇ ਹੀ ਬਦਲ ਗਏ, ਹੀ ਸ਼ਬਦ ਵਿੱਚ ਵਰਤਿਆ ਪੀ ਜੀ ਨੇ, ਕਹਿੰਦੇ ਬੇਟਾ ਸਾਰੇ ਹੀ ਬਦਲ ਗਏ। ਤੇ ਨਾਲ ਗੁਰੂ ਪੀ ਜੀ ਦੀ ਅੱਖ ਦੇ ਵਿੱਚ ਇੱਕ ਹੰਝੂ ਆਉਂਦਾ ਔਰ ਗੁਰੂ ਪੀ ਜੀ ਦੀ ਕਲੋਕੇ ਉਹ ਗੱਲ ਤੇ ਹੰਝੂ ਰੁਕ ਜਾਂਦਾ ਕਿ ਉਹ ਸੀਨ ਬਿਲਕੁਲ ਨਾ ਤਾਂ ਦੇਖਿਆ ਜਾ ਸਕਦਾ ਸੀ ਉਸ ਟਾਈਮ ਤੇ, ਨਾ ਹੀ ਹੁਣ ਵੀ ਉਵੇਂ ਅੱਖਾਂ ਦੇ ਸਾਹਮਣੇ ਆਉਂਦਾ ਗੁਰੂ ਪੀ ਜੀ ਦਾ ਇੰਨਾ ਉਦਾਸ ਚਿਹਰਾ, ਜਿੰਨਾ ਉਦਾਸ ਆਪਾਂ ਦੇਖਦੇ ਹਾਂ ਆਪਣੇ ਕੋਲੇ ਫੋਟੋ ਵਾਇਰਲ ਹੁੰਦੀ ਹੈ ਗੁਰੂ ਪੀ ਜੀ ਜਹਾਜ਼ ਚ ਬੈਠੇ ਆ ਤਾਂ ਕਿਵੇਂ ਮਤਲਬ ਪੀ ਜੀ ਇੰਨੀ ਨੀਵੀਂ ਪਾਈ ਹੋਈ ਹੈ ਤੇ ਕਿਵੇਂ ਪੀ ਜੀ ਨੇ ਮੂੰਹ ਦੇ ਉੱਤੇ ਉਂਗਲ ਰੱਖੀ ਹੋਈ ਹੈ। ਇਹ ਆ ਸਾਡੇ ਅਸਲ ਗੁਰੂ ਪੀ ਜੀ, ਜੋ ਸਮੇਂ ਦੇ ਹਿਸਾਬ ਨਾਲ ਹੀ ਆਪਣੇ ਆਪ ਨੂੰ ਉਵੇਂ ਉਹਨਾਂ ਦਾ ਜਿਹੜਾ ਹੈਗਾ ਸੀ ਮਤਲਬ ਕਿ ਕਹਿੰਦੇ ਆਪਾਂ ਉਹਨਾਂ ਦਾ ਚਿਹਰਾ ਸੀ ਉਵੇਂ ਹੀ ਹੋ ਜਾਂਦਾ ਸੀ, ਜੋ ਜਿਹਾ ਮਾਹੌਲ ਹੁੰਦਾ ਸੀ। ਜੇ ਬੱਚੇ ਕੋਈ ਹੱਸਣ ਖੇਡਣ ਦੀ ਗੱਲ ਕਰਦੇ ਉਹਨਾਂ ਨੇ ਉਵੇਂ ਹੀ ਹੱਸਣਾ, ਪਰ ਜਦੋਂ ਜਦੋਂ ਮਾਹੌਲ ਜਿਹੜਾ 17 ਅਗਸਤ ਦਾ ਸੀ ਖਾਸ ਕਰਕੇ, ਤਾਂ ਗੁਰੂ ਤੁਸੀਂ ਪਿਆਰੀ ਸਾਧ ਸੰਗਤ ਜੀ ਆਪ ਸੋਚੋ ਵੀ ਇੱਕ ਗੁਰੂ ਦੀ ਅੱਖ ਦੇ ਵਿੱਚੋਂ ਹੰਝੂ ਆਉਣਾ, ਗੁਰੂ ਵੀ ਉਹ ਜੋ ਕੁੱਲ ਮਾਲਕ ਹੋਵੇ ਤੇ ਜਿਹਦੇ 6.5 ਕਰੋੜ ਜਾਂ 7 ਕਰੋੜ ਕਹਿੰਦੇ ਆਪਣੇ ਆਪ ਚ ਵੀ ਬੱਚੇ ਹੋਣ, ਫਿਰ ਇਹੋ ਜਿਹੀ ਕੀ ਗੱਲ ਸੀ ਜਾਂ ਗੁਰੂ ਪੀ ਜੀ ਨੂੰ ਕੀ ਦਿਖਾਈ ਦਿੰਦਾ ਸੀ ਕਿ ਗੁਰੂ ਪੀ ਜੀ ਇੰਨੇ ਉਦਾਸ ਹੋ ਕੇ ਉਹਨਾਂ ਦੀ ਅੱਖ ਦੇ ਵਿੱਚ ਹੰਝੂ ਗਿਰਿਆ। ਗੁਰੂ ਪਿਆਰੀ ਸਾਹਿਬ ਸੰਗਤ ਜੀ ਰੂਹਾਨੀਅਤ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂ ਸ਼ੀਸ਼ਾ ਦੇ ਸ਼ਿਸ਼ ਤਾਂ ਦੇਖੋ ਜਿਹੜੇ ਹੁੰਦੇ ਆ ਸਿੱਖ ਹੁੰਦੇ ਜਾਂ ਪ੍ਰੇਮੀ ਹੁੰਦੇ ਆ, ਉਹ ਤਾਂ ਆਪਣੇ ਗੁਰੂ ਦੀ ਯਾਦ ਦੇ ਵਿੱਚ ਜਾਂ ਤੜਪ ਦੇ ਵਿੱਚ ਜਾਂ ਜੁਦਾਈ ਦੇ ਵਿੱਚ ਹੰਝੂ ਵਗਾਉਂਦੇ ਆ, ਪਰ ਗੁਰੂ ਦੀ ਅੱਖ ਦੇ ਵਿੱਚੋਂ ਹੰਝੂ ਆਉਣਾ ਇਤਿਹਾਸ ਦੇ ਵਿੱਚ ਪਹਿਲਾਂ ਕਿਤੇ ਪੜ੍ਹਿਆ ਨੀ ਹੈ ਜਾਂ ਸੁਣਿਆ ਨੀ ਹੈ ਵੀ ਕਿਤੇ ਇਸ ਤਰ੍ਹਾਂ ਗੁਰੂ ਦੀ ਅੱਖ ਦੇ ਵਿੱਚੋਂ ਹੰਝੂ ਆਇਆ ਹੋਵੇ, ਇੰਨੇ ਜ਼ਿਆਦਾ ਉਦਾਸ ਹੋ ਗਏ ਹੋਣ। ਜਾਂ ਉਹ ਪੀ ਜੀ ਇੱਕ ਗੱਲ ਜਦੋਂ ਕਿਸੇ ਨੇ ਪੁੱਛਿਆ ਮਤਲਬ ਕਿ ਵੀ ਪੀ ਜੀ ਤੁਸੀਂ ਕੰਧ ਵਿੱਚ ਮੁੱਕੀ ਮਾਰਨ ਵਾਲੀ ਘਟਨਾ ਸੁਣਾਓ ਵੀ ਕਿਵੇਂ ਤੁਸੀਂ ਕੰਧ ਚ ਮੁੱਕੀ ਮਾਰਦੇ ਆ ਤੇ ਕੰਧ ਚ ਤਰੇੜ ਪੈ ਜਾਂਦੀ ਹੈ, ਤਾਂ ਉਦੋਂ ਗੁਰੂ ਪੀ ਜੀ ਨੇ ਕਿਹਾ ਸੀ ਬੇਟਾ ਇਹਨਾਂ ਨੂੰ ਜੋ ਕੁਝ ਅਸੀਂ ਕਹਿੰਦੇ ਹਾਂ ਉਹ ਇਹ ਸਾਡੇ ਕਹਿਣ ਦੇ ਮੁਤਾਬਕ ਨਹੀਂ ਕਰਦੇ, ਤੇ ਜਦੋਂ ਇਹ ਸਾਡੇ ਕਹਿਣ ਦੇ ਮੁਤਾਬਕ ਨਹੀਂ ਕਰਦੇ ਤਾਂ ਉਸ ਤੋਂ ਬਾਅਦ ਸਾਡੇ ਤੋਂ ਉਲਟਾ ਕਰਦੇ ਆ ਵੀ, ਤਾਂ ਉਸ ਤੋਂ ਬਾਅਦ ਕਹਿੰਦੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੰਜਾਮ ਹੋਣਾ ਹੈ ਉਹ ਦਿਖਾਈ ਦਿੰਦਾ ਹੈ। ਫਿਰ ਕਹਿੰਦੇ ਜਦੋਂ ਦਿਖਾਈ ਦਿੰਦਾ ਤਾਂ ਸਾਡੇ ਤੋਂ ਦੇਖਿਆ ਨੀ ਜਾਂਦਾ ਜਾਂ ਸਹਿਣ ਨੀ ਹੁੰਦਾ, ਫਿਰ ਕਹਿੰਦੇ ਅਸੀਂ ਜੋਸ਼ ਵਿੱਚ ਜਾ ਕੇ ਜਾਂ ਗੁੱਸੇ ਜਾ ਕੇ ਕਹਿੰਦੇ ਕੰਧ ਦੇ ਵਿੱਚ ਮੁੱਕਾ ਮਾਰਦੇ ਹਾਂ, ਤੇ ਜਦੋਂ ਕੰਧ ਚ ਮੁੱਕਾ ਮਾਰਦੇ ਹਾਂ ਤਾਂ ਕਹਿੰਦੇ ਕੰਧ ਚ ਤਰੇੜ ਪੈ ਜਾਂਦੀ ਹੈ। ਤਾਂ ਗੁਰੂ ਪਿਆਰੇ ਸਾਹਿਬ ਸੰਗਤ ਜੀ ਇਹ ਮਤਲਬ ਗੱਲਾਂ ਕਹਿਣ ਸੁਣ ਮਤਲਬ ਨਾ ਇਹ ਸੁਣੀਆਂ ਜਾ ਸਕਦੀਆਂ। ਗੁਰੂ ਪੀ ਜੀ ਜਦੋਂ ਦੱਸਦੇ ਹੁੰਦੇ ਸੀ ਤਾਂ ਪੂਰਾ ਜਿਹੜਾ ਸਰੀਰ ਸੀ ਮੇਰਾ ਤਾਂ ਉੱਥੇ ਬੈਠੀ ਦਾ ਹੀ ਐਂ ਲੂੰ ਕੰਡੇ ਖੜੇ ਹੋ ਜਾਂਦੇ ਸੀ ਵੀ ਹੈਰਾਨੀ ਦੀ ਗੱਲ ਹੈ। ਜਾਂ ਗੁਰੂ ਪੀ ਜੀ ਨੇ ਇੱਕ ਵਾਰੀ ਕਿਹਾ ਕਹਿੰਦੇ ਬੇਟਾ ਤੁਹਾਡੇ ਸਾਹਮਣੇ ਅਸੀਂ ਇਹਨਾਂ ਨੂੰ ਕੁਛ ਕਹਿ ਤਾਂ ਦਿੰਦੇ ਹਾਂ ਪ੍ਰਬੰਧਕਾਂ ਨੂੰ, ਕਹਿੰਦੇ ਕਹਿੰਦੇ ਉਸ ਤੋਂ ਬਾਅਦ ਸਾਨੂੰ ਪਤਾ ਜੇ ਉੱਪਰ ਉਂਗਲ ਚੱਕ ਕੇ ਕਹਿੰਦੇ ਪਰਮ ਪੀ ਜੀ ਨੂੰ ਪਤਾ ਵੀ ਸਾਡੇ ਨਾਲ ਕੀ ਬੀਤਦੀ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ ਜਦੋਂ ਗੁਰੂ ਪੀ ਜੀ ਸਾਡੇ ਕੋਲ ਸੀ ਅਸੀਂ ਉਦੋਂ ਵੀ ਗੁਰੂ ਪੀ ਜੀ ਦਾ ਦੁੱਖ ਦਰਦ ਕੁਛ ਨੀ ਸਮਝਿਆ, ਬਸ ਸਾਨੂੰ ਐਂ ਹੁੰਦਾ ਸੀ ਵੀ ਸਾਨੂੰ ਵੀ ਖੁਸ਼ੀਆਂ ਦੇ ਜਾਣ। ਜੇ ਰੂਬਰੂ ਨਾਈਟ ਚੱਲਦੀ ਹੈ ਤਾਂ ਗੁਰੂ ਪੀ ਜੀ ਨੇ ਕਦੇ ਇਹ ਨੀ ਦੇਖਿਆ, ਕਈ ਵਾਰ ਗੁਰੂ ਪੀ ਜੀ ਨੇ ਬੁਖਾਰ ਹੋਣਾ ਜਾਂ ਗਲਾ ਦੁਖਦਾ ਹੋਣਾ ਸਤਸੰਗ ਦੇ ਵਿੱਚ ਵੀ ਕਹਿ ਦੇਣਾ ਵੀ ਆਹ ਸਾਨੂੰ ਬਹੁਤ ਬੁਖਾਰ ਹੈ, ਤਾਂ ਵੀ ਸਾਡੀ ਹੱਥ ਪਰ ਪੀ ਜੀ ਨੇ ਮਤਲਬ ਆਪਣੀ ਪਰਵਾਹ ਨਾ ਕਰਨੀ ਤੇ ਉਵੇਂ ਹੀ ਸਾਰਾ ਕਰਨਾ ਪੀ ਜੀ ਨੇ ਕਹਿ ਦੇਣਾ। ਫਿਰ ਆ ਕੇ ਆਏ ਕਹਿ ਦੇਣਾ ਵੀ ਕੋਈ ਨੀ ਪਰਮ ਪੀ ਜੀ ਨੇ ਸਾਨੂੰ ਸਰੀਰ ਇਹੋ ਜਿਹਾ ਬਣਾ ਕੇ ਦਿੱਤਾ ਕਿ ਮਤਲਬ ਅਸੀਂ ਸਾਰਾ ਕੁਝ ਭਾਵੇਂ ਬੁਖਾਰ ਹੀ ਹੋਵੇ ਤਾਂ ਵੀ ਅਸੀਂ ਪਰਵਾਹ ਨੀ ਕਰਦੇ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਹ ਚੀਜ਼ਾਂ 17 ਅਗਸਤ ਨੂੰ ਜਦੋਂ ਦੇਖਣਾ ਤਾਂ ਉਸ ਤੋਂ ਬਾਅਦ ਐਂ ਲੱਗਿਆ ਵੀ ਪਹਿਲਾਂ ਬਿਲਕੁਲ ਨੀ ਪਤਾ ਸੀ ਵੀ ਕੁਛ ਹੈ ਇਹੋ ਜਿਹਾ ਜੋ ਵੀ ਮਤਲਬ ਕੁਛ ਅਲੱਗ ਹੋਣ ਜਾ ਰਿਹਾ, ਜੋ ਜ਼ਿੰਮੇਵਾਰ ਦੱਸਦੇ ਨੀ ਆ ਸਾਧ ਸੰਗਤ ਨੂੰ। ਸਾਧ ਸੰਗਤ ਨੂੰ ਅਸਲੀਅਤ ਬਿਲਕੁਲ ਹੀ ਨੀ ਦੱਸੀ ਗਈ, ਭੋਲੀ ਭਾਲੀ ਸਾਧ ਸੰਗਤ ਨੂੰ ਮਤਲਬ ਕਿ ਇੰਨਾ ਜ਼ਿਆਦਾ ਧੋਖਾ ਕੀਤਾ ਗਿਆ ਸਾਧ ਸੰਗਤ ਨਾਲ, ਜਿਵੇਂ ਪਹਿਲਾਂ ਉਸੇ 17 ਅਗਸਤ ਦੀ ਮੀਟਿੰਗ ਤੇ ਖੜਾ ਹੋ ਕੇ ਰਾਮ ਸਿੰਘ ਚੇਅਰਮੈਨ ਨੇ ਇੱਕ ਵਾਰੀ ਬੋਲਿਆ ਵੀ ਕਿ ਕਿਤੇ ਸਾਨੂੰ ਤੁਸੀਂ 24 ਅਗਸਤ ਦੀ ਰਾਤ ਦੀ ਮੀਟਿੰਗ ਫੇਰ ਦੇ ਦਿਓ, ਤਾਂ ਇਹਨਾਂ ਦਾ ਮਤਲਬ ਇਹ ਸੀਗਾ ਵੀ 24 ਅਗਸਤ ਨੂੰ ਪੀ ਜੀ ਫੇਰ ਰਾਤ ਨੂੰ ਮੀਟਿੰਗ ਦੇ ਦੇਣ ਤਾਂ 25 ਅਗਸਤ ਨੂੰ ਪੀ ਜੀ ਨੂੰ ਆਪਾਂ ਜਾਣ ਨਾ ਦੇਈਏ। ਉਹ ਅਲੱਗ ਪਲਾਨ ਸੀ ਇਹਨਾਂ ਦਾ ਜੋ ਪੀ ਜੀ ਨੇ ਨਹੀਂ ਪੂਰਾ ਹੋਣ ਦਿੱਤਾ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ, ਗੁਰੂ ਇੱਕ ਵਾਰ ਵੀ ਆਪਣੇ ਮੁਖਾਰ ਦਿਨ ਤੋਂ ਜੋ ਬੋਲਦਾ ਉਹ ਬਿਲਕੁਲ ਸੱਚ ਹੁੰਦਾ। ਤਾਂ ਹਜ਼ੂਰ ਪੀ ਜੀ ਤਾਂ 17 ਅਗਸਤ ਨੂੰ ਇੰਨੀ ਵਾਰ ਕਹਿ ਕੇ ਗਏ ਆ ਕਿ ਜੋ ਤੁਸੀਂ ਸੋਚ ਰਹੇ ਉਹ ਪਰਮ ਪਿਤਾ ਜੀ ਕਦੇ ਵੀ ਨਹੀਂ ਹੋਣ ਦੇਣਗੇ। ਇਹਨਾਂ ਨੇ ਘਟੀਆ ਤੋਂ ਘਟੀਆ ਗੁਰੂ ਪੀ ਜੀ ਵਾਸਤੇ ਸੋਚਿਆ, ਉਹ ਸਾਰਾ ਆਪਾਂ ਨੂੰ ਪੀ ਜੀ ਨੇ MS-1 ਫਿਲਮ ਦੇ ਵਿੱਚ ਦਿਖਾਇਆ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਨੂੰ ਆਪਣੇ ਗੁਰੂ ਪੀ ਜੀ ਦਾ ਦਰਦ ਸਮਝਣਾ ਚਾਹੀਦਾ,
ਅੱਜ ਵੀ ਇਹ ਲੋਕ ਉਸ ਜਿਹੜੇ ਹੈਗੇ ਆ ਨਕਲੀ ਚਮੂਰੇ ਦੇ ਨਾਲ ਨੱਚ ਰਹੇ ਆ ਗਾ ਰਹੇ ਆ। ਹੁਣ ਵੀ ਕੋਈ ਕਮੈਂਟ ਪਾ ਰਿਹਾ ਸੀ ਉਹੀ ਸ਼ਕਲ ਆ ਉਹੀ ਆਵਾਜ਼ ਹੈ। ਸ਼ਕਲ ਕਰ ਲੈਣਾ ਤੁਹਾਨੂੰ ਤਾਂ ਸਿਰਫ ਵੀਡੀਓ ਦਿਖਾਈਆਂ ਜਾ ਰਹੀਆਂ, ਸਿਰਫ ਵੀਡੀਓ ਹੀ ਆ ਰਹੀਆਂ ਤੁਹਾਡੇ ਕੋਲੇ। ਕਿਸੇ ਨੂੰ ਉੱਥੇ ਯੂਪੀ ਚ ਐਂਟਰੀ ਹੈਗੀ ਹੈ? ਕਿਸੇ ਬੰਦੇ ਦੀ ਯੂਪੀ ਚ ਐਂਟਰੀ ਨੀ, ਕਿਸੇ ਨੂੰ ਉਹ ਨੇੜੇ ਨੀ ਲੱਗਣ ਦਿੰਦਾ, ਕਿਸੇ ਨਾਲ ਉਹ ਬਿਨਾਂ ਮਾਈਕ ਤੋਂ ਬੋਲਦਾ ਨੀ। ਤੇ ਫਿਰ ਤੁਹਾਡੇ ਕੋਲੇ ਪ੍ਰੂਫ ਕੀ ਹੈ ਵੀ ਉਹ ਸਾਡਾ ਅਸਲੀ ਗੁਰੂ ਹੈ? ਤੇ ਵੀਡੀਓ ਤਾਂ ਸਰ ਜਿਹਦੀ ਮਰਜ਼ੀ ਬਣਾ ਲਓ। ਕੀ ਆਹ ਗੁਰੂ ਪਿਤਾ ਇੰਨੀਆਂ ਸਾਸੰਗਾਂ ਮਜਲਸਾਂ ਹਜ਼ਾਰਾਂ ਦੀ ਗਿਣਤੀ ਚ ਪਈਆਂ, ਉਹਦੇ ਚ ਦੋ ਦੋ ਤਿੰਨ ਤਿੰਨ ਮਿੰਟ ਦੇ ਕਦੇ ਕੋਈ ਕਿਸੇ ਦੇ ਚ ਕਲਿੱਪ ਕੱਟਿਆ, ਕੋਈ ਕਿਸੇ ਚ ਕਲਿੱਪ ਕੱਟਿਆ, ਉਹ ਕਲਿੱਪ ਕੱਟ ਕੱਟ ਕੇ ਜੋੜ ਜੋੜ ਕੇ ਇਹਨਾਂ ਨੇ ਆਲਰੇਡੀ ਵੀਡੀਓ ਤਿਆਰ ਕਰ ਰੱਖੀ ਆ। ਉਹ ਐਕਟਿੰਗ ਕਰੀ ਜਾਂਦਾ ਬੈਠਾ। ਹੋਰ ਤੁਹਾਡੇ ਉਹਦੇ ਕੋਲੇ ਜਮੂਰੇ ਮਹੰਤ ਕੋਲੇ ਹੈ ਕਿ ਗੁਰੂ ਪਿਆਰੀ ਸਾਹਿਬ ਸੰਗਤ ਜੀ ਤੁਸੀਂ ਐਂ ਦੇਖੋ, ਗੁਰੂ ਪਿਤਾ ਹੀ ਨਾ ਚੱਲ ਕੇ ਸੰਗਤ ਆਉਂਦੀ। ਤੁਸੀਂ ਸ਼ੂਟਿੰਗਾਂ ਦੇ ਵਿੱਚ ਗੁਰੂ ਪਿਤਾ ਜੀ ਬਹੁਤ ਜ਼ਿਆਦਾ ਬਿਜ਼ੀ ਹੁੰਦੇ ਸੀ, ਪਰ ਉਸ ਟਾਈਮ ਵੀ ਜੇ ਗੁਰੂ ਪਿਤਾ ਜੀ ਕੋਲੇ ਕੋਈ ਬਿਮਾਰੀ ਵਾਲਾ ਜਾਂ ਕੋਈ ਸ਼ਾਦੀਆਂ ਵਾਲਾ ਗਾ ਪਿਤਾ ਜੀ ਨੇ ਉਹਨਾਂ ਨੂੰ ਟਾਈਮ ਦਿੱਤਾ ਹੀ ਦਿੱਤਾ। ਪ੍ਰਬੰਧਕਾਂ ਨੂੰ ਕਹਿ ਕੇ ਰੱਖਿਆ ਸੀ ਵੀ ਉਹਨਾਂ ਨੂੰ ਟਾਈਮ ਦੇਣਾ ਹੀ ਦੇਣਾ, ਸਾਨੂੰ ਬੁਲਾ ਲਿਆ ਕਰੋ। ਤੇ ਹੁਣ ਦੇਖ ਲਓ, ਮੈਨੂੰ ਕਿਸੇ ਮਤਲਬ ਬਾਈ ਨੇ ਦੱਸਿਆ ਮਾਨਸਾ ਦਾ ਕੋਈ ਪਰਿਵਾਰ ਸੀ ਤੇ ਉਹਨਾਂ ਦਾ ਵਿਆਹ ਸੀ ਤੇ ਉਹਨਾਂ ਨੇ ਹਾਰ ਉੱਥੇ ਪਵਾਉਣੇ ਸੀ ਯੂਪੀ ਵਾਲੇ ਦੇ ਸਾਹਮਣੇ, ਤੇ ਉਹਨਾਂ ਨੇ ਟਾਈਮ ਕਿੱਥੇ ਖਾਸ ਜ਼ਿੰਮੇਵਾਰਾਂ ਤੋਂ ਲੈ ਕੇ ਮਤਲਬ ਟਾਈਮ ਵੀ ਲਿਆ ਹੋਇਆ ਸੀ। ਤੇ ਉਸ ਖਾਸ ਜ਼ਿੰਮੇਵਾਰ ਨੇ ਇਹ ਕਿਹਾ ਸੀਗਾ ਵੀ ਤੁਸੀਂ ਯੂਪੀ ਆ ਜਾਓ ਤੇ ਫਿਰ ਤੁਹਾਡੇ ਹਾਰ ਪਵਾ ਦਿਆਂਗੇ ਆਪਾਂ। ਹੈਰਾਨੀ ਦੀ ਗੱਲ ਹੈ, ਉਹ ਪਰਿਵਾਰ ਉਹਨਾਂ ਨੂੰ ਪਰ ਇਹ ਕਿਹਾ ਸੀ ਵੀ ਤੁਸੀਂ ਆਪਦੇ ਕੋਈ ਹੋਰ ਚਾਚੇ ਤਾਏ ਜਾਂ ਪਰਿਵਾਰ ਚੋਂ ਕਿਸੇ ਨੂੰ ਨੀ ਲੈ ਕੇ ਆਉਣਾ, ਬਸ ਮਾਂ ਤੇ ਪਿਓ ਇਕੱਲੇ ਹੋਈ ਆਇਓ ਤੇ ਬਸ ਇੱਕ ਵਿਆਹ ਵਾਲਾ ਲੜਕਾ ਲੜਕੀ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਉਹ ਫਿਰ ਵੀ ਸਿਰਫ ਆਪ ਹੀ ਗਏ, ਉਹਨਾਂ ਨੇ ਆਪਦੇ ਰਿਸ਼ਤੇਦਾਰ ਵੀ ਗੁੱਸੇ ਕੀਤੇ, ਨਾ ਕੋਈ ਮਾਮਾ ਨਾ ਕੋਈ ਚਾਚਾ ਨਾ ਤਾਇਆ ਨਾ ਮਾਸੀ ਨਾ ਤਾਈ, ਕੋਈ ਨੀ ਲੈ ਕੇ ਗਏ, ਆਪ ਆਪ ਉਹ ਇੱਕ ਗੱਡੀ ਲੈ ਕੇ ਗਏ। ਉਹਨਾਂ ਨੂੰ ਵੀ ਜਦੋਂ ਉੱਥੇ ਯੂਪੀ ਪਹੁੰਚੇ ਤਾਂ ਗੇਟ ਬੰਦ ਕਰ ਰੱਖਿਆ ਸੀ, ਤਾਂ ਉਹਨਾਂ ਨੇ ਮਿੰਨਤਾਂ ਕੀਤੀਆਂ ਉੱਥੇ, ਤਾਂ ਉੱਥੇ ਉਹ ਗੇਟ ਖੋਲਿਆ ਨਹੀਂ ਗਿਆ। ਉਲਟਾ ਅੰਦਰੋਂ ਇਹ ਸੁਨੇਹਾ ਆ ਗਿਆ ਜਦੋਂ ਉਹਨਾਂ ਨੇ ਬਾਹਰ ਦੇ ਸੇਵਾਦਾਰਾਂ ਜਾ ਕੇ ਦੱਸੇ ਹੋਏ ਕੋਈ ਵਿਆਹ ਵਾਲਾ ਪਰਿਵਾਰ ਆ, ਉਹ ਕਹਿੰਦੇ ਵੀ ਸਾਡੀ ਤਾਂ ਅਪੁਆਇੰਟਮੈਂਟ ਹੈ, ਅਪੁਆਇੰਟਮੈਂਟ ਲਈ ਹੋਈ ਸੀ ਦੇਖੋ। ਤਾਂ ਉਹ ਕਹਿੰਦੇ ਵੀ ਨਾ ਇੱਥੇ ਕਿਸੇ ਦੀ ਕੋਈ ਐਂਟਰੀ ਨਹੀਂ ਹੈਗੀ, ਤੁਸੀਂ ਜੇ ਹਾਰ ਪਾਉਣੇ ਤਾਂ ਸੱਤ ਤੇ ਜਾਓ। ਤੁਸੀਂ ਇਹ ਦੇਖੋ ਵੀ ਇੱਕ ਵਿਆਹ ਦਾ ਪਰਿਵਾਰ ਕੀ ਆਸ ਉਮੀਦ ਲੈ ਕੇ ਅਪੁਆਇੰਟਮੈਂਟ ਲਿਖਵਾ ਕੇ ਪਹਿਲਾਂ ਲੈ ਕੇ ਯੂਪੀ ਜਾਂਦਾ ਤੇ ਫਿਰ ਵੀ ਗੇਟ ਡੇਰੇ ਦੇ ਬੰਦ ਮਿਲਦੇ ਆ, ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾਓ ਹੁਣ ਗੁਰੂ ਪਿਤਾ ਜੀ ਕਿਤੇ ਤੇ ਕਦੇ ਇਸ ਤਰ੍ਹਾਂ ਕਰਦੇ ਸੀ। ਸਾਡੇ ਗੁਰੂ ਪਿਤਾ ਜੀ ਕੋਈ ਅੱਡੇ ਪੱਥਰ ਦੇ ਨਹੀਂ ਹੈਗੇ ਵੀ ਸੰਗਤ ਗੇਟ ਤੇ ਖੜੀ ਹੋਵੇ ਤੇ ਪਿਤਾ ਜੀ ਕਹਿ ਦੇਣ ਵੀ ਨਾ ਇੱਥੇ ਕੋਈ ਐਂਟਰੀ ਨਹੀਂ, ਜਾਓ ਸਸਤੇ ਤੇ ਤੁਹਾਡੇ ਉੱਥੇ ਹੀ ਅਸੀਂ ਹਾਰ ਪਾਵਾਂਗੇ, ਇੱਥੇ ਤੁਸੀਂ ਹਾਰ ਨਹੀਂ ਪਵਾ ਸਕਦੇ। ਕਿਉਂ ਬਗਾਨੇ ਬੰਦੇ ਨੂੰ ਉੱਥੇ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ? ਆਹ ਜਿਵੇਂ ਮੋਹਿਤ ਬੇਟਾ ਦੱਸ ਰਿਹਾ ਸੀ ਨਾ ਵੀ ਆਪਣਾ ਵੀ ਆ ਬੱਚੇ ਬੁਲਾਏ ਜਾਂ ਬਲਾਕ ਬੁਲਾਏ ਜਿਨ੍ਹਾਂ ਨੇ ਦਾਤਾਂ ਲਈਆਂ ਹੋਈਆਂ ਸੀਗੀਆਂ ਆਹ ਇੱਟਾਂ ਰੋੜਿਆਂ ਦੇ ਨਾਲ, ਜਿਹੜੀਆਂ ਮਤਲਬ ਕਿ ਇਹਨਾਂ ਨੇ 13 ਵਾਰ ਗੁਰੂ ਪਿਤਾ ਜੀ ਵਾਲਾ ਢਾਇਆ ਸੀ, ਤਾਂ ਉਹਨਾਂ ਦਾਤਾਂ ਵਾਲਿਆਂ ਨੂੰ ਖਾਸ ਖਾਸ ਨੂੰ ਬੁਲਾਇਆ। ਪਹਿਲਾਂ ਕੀ ਕਰਦੇ ਆ, ਪਹਿਲਾਂ ਕਿਸੇ ਹੋਰ ਜਗ੍ਹਾ ਤੇ ਇਕੱਠਾ ਕੀਤਾ ਜਾਂਦਾ, ਤਾਂ ਫਿਰ ਇਕੱਠਾ ਕਰਕੇ ਉੱਥੋਂ ਆਪਣਾ ਬਰਪਾਨ ਬਿਠਾ ਕੇ ਪਿਛਣਾਸ ਕਰਕੇ ਆਧਾਰ ਕਾਰਡ ਦੇ ਕੇ ਉਹ ਵੀ ਪਰਿਵਾਰ ਚੋਂ ਸਿਰਫ ਇੱਕ ਮੈਂਬਰ, ਤੇ ਫਿਰ ਉਹ ਯੂਪੀ ਲਿਜਾਇਆ ਜਾਂਦਾ ਆਪਦੇ ਨਾਲ ਬੱਸਾਂ ਹੀ ਫਿਰ ਉੱਥੇ ਮਤਲਬ ਛੱਡ ਕੇ ਜਾਂਦੀਆਂ ਬਾਹਰ। ਇੰਨਾ ਨਾਟਕ ਕਾਹਦੇ ਵਾਸਤੇ ਹੋ ਰਿਹਾ? ਜੇ ਅਸਲੀ ਗੁਰੂ ਪਿਤਾ ਜੀ ਹੋਣ ਤੇ ਉਹ ਆਪਦੀ ਛੁੱਟੀ ਪੈਰੋਂ ਸਰਕਾਰ ਨੇ ਦਿੱਤੀ ਹੈ, ਕੋਈ ਐਸਾ ਨੀ ਉਹ ਧੱਕੇ ਨਾਲ ਕੰਧ ਤੋੜ ਕੇ ਜਾਂ ਕੰਧ ਟੱਪ ਕੇ ਭੱਜ ਕੇ ਆਏ ਹੈ ਵੀ ਹੁਣ ਉਹ ਚੋਰੀ ਕਰਨਾ ਉੱਥੇ ਬੈਠੇ ਰਹਿਣਗੇ। ਤਾਂ ਗੁਰੂ ਪਿਆਰੀ ਸਾਹਿਬ ਸੰਗਤ ਜੀ ਤੁਸੀਂ ਇਹਨਾਂ ਚੀਜ਼ਾਂ ਤੋਂ ਅੰਦਾਜ਼ਾ ਲਾਓ। ਆ ਜਿਹੜੇ ਮੂਰਖ ਲਿਖੇ ਆ ਨਾ ਵੀ ਸ਼ਕਲ ਵੀ ਉਹੋ ਜਿਹੀ ਹੈ, ਆਵਾਜ਼ ਵੀ ਉਹੋ ਜਿਹੀ ਹੈ, ਇਕੱਲਾ ਆਵਾਜ਼ ਆਵਾਜ਼ ਤਾਂ ਕਿਸੇ ਦੀ ਮਰਜ਼ੀ ਹੈ, ਅੱਜ ਕੱਲ੍ਹ ਕੱਢ ਲਓ ਜਿਹੜੀਆਂ ਯੂਟਿਊਬ ਤੇ ਜਾਂ ਕਿਸੇ ਸੋਸ਼ਲ ਮੀਡੀਆ ਤੇ ਪਈ ਹੈ ਉਸ ਤਰ੍ਹਾਂ ਦੀ ਆਵਾਜ਼ ਕਿਸੇ ਮਰਜ਼ੀ, ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਦਾ ਕੀ ਨਹੀਂ ਹੋ ਸਕਦਾ। ਤੇ ਫਿਰ ਇਹਦਾ ਮਤਲਬ ਇਹ ਤਾਂ ਨੀ ਵੀ ਆਵਾਜ਼ ਤੇ ਸਿਰਫ ਸ਼ਕਲ ਮੇਰੇ ਨਾਲ ਤੁਸੀਂ ਹਰ ਬੰਦੇ ਨੂੰ ਵੀ ਮਤਲਬ ਪਿਤਾ ਜੀ ਮੰਨ ਲਓਗੇ ਕੋਈ ਮਰਜ਼ੀ ਹੋਇਆ। ਗੁਰੂ ਪਿਆਰੀ ਸਾਹਿਬ ਸੰਗਤ ਤੁਸੀਂ ਗੁਰੂ ਪਿਤਾ ਜੀ ਦਾ ਸੁਭਾਅ ਕਿੰਨਾ ਨੇਕ ਸੁਭਾਅ ਸੀ ਉਹਨਾਂ ਦਾ, ਸੰਗਤ ਦੀ ਉਹ ਕੰਡੇ ਜਿੰਨੀ ਵੀ ਪੀੜ ਨਹੀਂ ਚੱਲਦੇ ਸੀ ਕਿ ਤੇਰਾ ਵਾਹ ਦੇ ਬਾਹਰ ਵੀ ਕੋਈ ਮਤਲਬ ਕਈ ਵਾਰ ਇਹਨਾਂ ਨੇ ਬੰਦ ਕਰ ਦੇਣਾ, ਬਾਹਰ ਦੇ ਵਿੱਚ ਕੋਈ ਸੇਵਾਦਾਰ ਜਾਂ ਸੰਗਤ ਬੁਲਾਕਾ ਨਹੀਂ ਆਉਣੀ, ਨਾਰੇ ਲਾਉਣ ਲੱਗ ਜਾਣੇ ਕਿ ਇਹਨੇ ਵਿੱਚ ਮੀਟਿੰਗ ਰੋਕ ਦੇਣੀ, ਆਖਣਾ ਭਾਈ ਆ ਨਾਰੇ ਕੌਣ ਲਾ ਰਿਹਾ ਸੰਗਤ ਵੀ ਗੇਟ ਦੀ, ਇੰਨਾ ਖਿਆਲ ਰੱਖਦੇ ਸੀ ਗੁਰੂ ਪਿਤਾ ਜੀ। ਤਾਂ ਹੁਣ ਕੀ ਹੋ ਰਿਹਾ, ਹੁਣ ਦੇਖੋ ਵਿਆਹ ਵਾਲਿਆਂ ਨੂੰ ਵੀ ਜੇ ਫਿਰ ਉੱਥੇ ਜਾਣ ਤੁਸੀਂ ਵੀ ਸਰ ਤੇ ਜਾਓ, ਇਹ ਹੁੰਦੇ ਗੁਰੂ ਪਿਤਾ ਜੀ ਤੇ ਫਿਰ ਦੇਖਦੇ ਨਾ ਭਾਵੇਂ ਅਪੁਆਇੰਟਮੈਂਟ ਨਾ ਵੀ ਲਈ ਹੋਵੇ ਤਾਂ ਵੀ, ਕਿਉਂਕਿ ਗੁਰੂ ਕੀ ਹੈ, ਗੁਰੂ ਤਾਂ ਅੰਦਰ ਦੀ ਭਾਵਨਾ ਦੇਖ ਲਿਆ। ਤੁਸੀਂ ਜਦੋਂ ਗੁਰੂ ਵਾਸਤੇ ਚੱਲ ਪਏ ਨਾ ਘਰੋਂ, ਗੁਰੂ ਨੇ ਤਾਂ ਉਦੋਂ ਤੁਹਾਡੀ ਸ਼ਰਧਾ ਦੇਖ ਲੈਣੀ ਹੈ। ਗੁਰੂ ਪਿਆਰੀ ਸਾਹਿਬ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ, ਗੁਰੂ ਪਿਤਾ ਦੇ ਮੈਜਰਸ ਕੈਂਸਲ ਕੀਤੀ ਹੋਈ ਸੀ, ਮੈਂ ਘਰੋਂ ਚੱਲ ਪਈ ਇਹ ਸੋਚ ਕੇ ਕਿ ਮੈਂ ਅੱਜ ਗੁਰੂ ਪਿਤਾ ਜੀ ਦੇ ਦਰਸ਼ਨ ਕਰਨੇ ਹੀ ਕਰਨੇ ਆ।
यकीन मनो राजू विद्यस का गवाह बहुत सारे होर सेवादार गवाह है उस टाइम के डेरे दे ता ए 2010 की गल है उस दिन कृष्ण अष्टमी थी बस मैं घरों ये सोच के चलती भी हे सतगुर मेरा कृष्ण तू है ता मैं अज तेरे दर्शन करने करने ता मजलस कैंसल थी कैंसल हुई मजलस जब मैं डेरे चली एक घंटा बाद मतलब कि अनाउंसमेंट होगी भी मजलस हो रही है इन्हें टाइट शेड्यूल दे विचों भी पिता ने अद्धा घंटा आके मजलस की मजलस ही नहीं की और तेरा वास दे विच दे सामने मैं उसे खड़ी होगी पिता जी वास्ते मैं वास्ते क्योंकि मैं सोच के गई थी करो कि अज पिता जी मैंने तो पिता गल करनी करनी है कोई मेरी अपनी गल थी तो पिता जी ने देखो स्पैश मतलब कैंसल हुई भी जी मजलस थी अपनी सिर्फ एक बेटी की तरफ को सुन के उ पिता जी ने मतलब के दोबारा मजलस भी रखी और मैंने उसे मिलेगी सच्चा सतगुर जेड़ा पिता जी के वचन की है भी तुहाडे सोचन तो पहला सतगुर नूं पता है तो गुरु प्यारी साहब संगत जी जो सतगुर साडी सोचन तो पहला साडी सारियां गल्लां दी जानकारी रखदा ते उहनूं इह नहीं पता भी किस भावना नूं लैके विआहला परिवार मेरे इत्थे डेरे दे गेट ते खड़ा तुसीं आप अंदाजा लगाओ इहदा मतलब साडा सतगुर नहीं है उह काल जमूर है ते काल जमूरे दा हशर बुरा हां होण वाला है तो गुरु पिता जी ने जो कुछ उसके वास्ते सोच रखे वो होना ही होना क्योंकि काल है काल सुन काल पंगा नहीं लेना है गुरु पिता जी ने बहुत इन्हें समझाया तो पंगा नाल है पर पंगा लैके हटिया पर अपना जो फर्ज है कि गुरु पिता जी ने जो वचन किए सारा अगस्त की मीटिंग भी हूँ अज तो बाद अस नहीं बोलेंगे उस तो बाद बोले भी नहीं 6 साल हो गए उन्होंने तो कोई आवाज ही बाहर नहीं आई हूँ साढ़े बच्चे बता दस देने के असं की चाहते हैं तो गुरु प्यारी साध संगत जी सतगुर की की चाहत है वैसे तो आप सतगुर की जी सोच है पकड़ ही नहीं सकते बोलो मालक की सोच न एक निमाना जा इंसान कि अपनी तुश बुद्धि समझ सकता है वो कुल मालक वो पार ब्रह्म परमेश्वर जी ने पता नहीं किन्ने खंड ब्रह्मंड बनाए है कि आप तुश जी बुद्धि वाले इंसान उस सतगुर की जी सोच पकड़ नहीं सकते उन्होंने जी सोच बहुत वड्डी ते विशाल पूरी दुनिया को लेके सी पर फिर भी जिन्ना क आप गुरु पिता जी के नाल रहे जा गुरु पिता जी आप जिन्ने वचन सुने उन्हां वचना के अनुसार गुरु पिता जी सोच अपने देश नूं लैके समाज नूं लैके जा होर मतलब कि जिहड़े हैगियां रीतियां कुरीतियां इन्हां नूं लैके कोशिश कीती आ भी किताब दे विच आपां दर्ज करिए तां उस किताब नूं आपां अज जिहड़ी उहदी भूमिका जिहड़ा पहला पेज आ उह आपां अज इस करके जारी कर रहे हां वैसे साडी तां इह कोशिश सी वी 17 अगस्त नूं इह जिहड़ी 17 अगस्त दी मीटिंग है एक यादगारी बनाया जाए इतिहास के जिस दिन यादगारी गुरु के बच्चों ने उस दिन गुरु की सोच में एक किताब के रूप में जारी किया चलो वह बुक अजे थोड़ी मतलब कि प्रिंट होने का चक्कर है तो वह भी आ जाएगी पर आप जी भूमिका वह भी अज लॉन्च कर देंगे इसे करके 17 अगस्त रखा भी ताकि गुरु पिता जी जी मीटिंग कोई वचन है उन्होंने याद रखा जाए आने वाले इतिहास के ये चीज दर्ज हो गई भी गुरु पिता जी 17 अगस्त 2017 जो वचन करके गए तो बच्चों ने उन्होंने पूरी कोशिश की गुरु के वचना दुनिया तक पहुंचाने की इस करके जो नाम है वह भी आप गुरु पिता जी के वचना के अनुसार ही रखे जिमें गुरु पिता जी ने तुम्हें पता ही है एक बार वचन किए थे कहते मजा आ जाए जे तुम सवेरे उठ के ये कहो कि हे सतगुर हे राम हे वाहेगुरु हे अल्लाह शुक्र है तेरा आप गुरु पिता जी के इन्हों वचना के अनुसार ही जरा किताब का ना वो शुक्रिया सब अर्ग रखे स्वर्ग नहीं रखे सब अर्ग मतलब स्वर्ग बोलेंगे आप आड़ा बोलेंगे स्वर्ग का मतलब ही है सस्ता मतलब सतगुरु वाह वाहे का मतलब वाहे गुरु आड़ा अल्लाह राम जीतम गौड़ जिन्हें भी पिता कहते होंगे सतगुर वाहेगुरु राम अल्लाह गौड़ भी सब एक ही है आप शुक्रिया कर रहे हैं तो यह जरा है आप एक टाइटल रखा हुआ उस परम पिता परमात्मा अपने सतगुर का धन्यवाद करना कि जिसने इन्ना का काबल बनाया इन्नी क बुद्धि बख्शती कि जिनी का आप सोच समझ सकते इस जे है इंसानी शरीर के रेंदे हुए तो उन्ने को हिसाब न आप गुरु पिता जी ने एक बार आप 40 पेज की जी बुक है वो रिलीज किताब कर रहे हैं उस तो बाद भी जिमें जिमें पिता जी की सोच है उन्होंने होर अगे डिफाइन करने वास्ते जा होर अगे मतलब विस्तार के दसन वास्ते अगे भी आप गुरु पिता जी इसे तरह सोच है जी किसी किताब राही जाके किमें आप दसते रहेंगे दुनिया
क्योंकि ये अपना फर्ज है, बच्चों का फर्ज है कि जो अपने बाप की सोच है वो दुनिया नूं दसी जाए। तो गुरु प्यारी साहब संगत जी ये सतगुर की सोच नूं लैके ये आया समझो, जिवें मोहित बेटा ने तुहानूं दस्सिया वी उस च कोई आपां डेरे का नाम नहीं लिखा, कोई आपां ये नहीं दस्सिया भी ये अपने मतलब कुटी दा नाम लैके भी ये मतलब कि एबीराई दे आह वचन इत्थे आह वचन ऐ भी कुछ नहीं है। आपां सिर्फ एक बच्चे होण दे नाते पिताई नूं एक बच्चा जिवें अपनी बाप की सारी मतलब जो हिस्ट्री है जां उहदे विच जो कुछ नेड़े रह के देखदा तां उस तरह की सोच नूं आपां लिखण की कोशिश की है। बाकी तुहानूं पता है भी समाज दे विच इस वेले जे आपां गुरु पिताई का सिद्धा नाम लैके कुछ भी लिखते हैं तां तुहानूं पता ही है कि उह किस तरह का समाज की सोच है। आपां गुरु पिताई इक कहिंदे हुंदे सी इह वचन करदे हुंदे सी बेटा आपां मतलब अंब खाने हैं भी फल जिहड़े हैगे भी उहदे तक भी जिहड़ा हैगा पौधे तक आपां नूं कोई बाला मतलब नहीं हैगा, पौधे गिण तक जा ये आपां दा फल तक मतलब है, आपां नूं गुरु पिताई की सोच तक मतलब है। आपां गुरु पिताई की सोच नूं अगे लैके जाना। एक पिताई होर कहिंदे हुंदे सी बेटा कई बारी जिहड़ा सच है वह हजम नहीं आउंदा, जे हुण आपां सिद्धा गुरु पिताई नां लैके कुछ लिखदे लोकां ने हजम नहीं होनी चाहिए गल पढ़न मतलब किताब देखो तो पहले अद्धे लोगों ने तो हजम होई नहीं सी। तो फिर पिताई उत्थे कहिंदे हुंदे सी बेटा पनीन है जिहड़ी बहुत फायदा करती है, कौड़ी ज्यादा होंदी है पर भी सच भी आई कौड़ा होंदा, तो इसे करके अजकल शुगर कोटड आ रही है कि उपर जरा है उन्होंने ज्यादा कैप्सूलों के बंद किया होंगे तो बंदे को पता ही लगता है बच्चे की है। तो इसे तरह तुम यह समझ लो भी यह गुरु पिताई के वचना का सारांश से एक कुनीन की गोली है जी आपू किताब के रूप में देनी पै रही देनी पै रही है, नहीं तो आपको पता ही है जे हजूर पिताई बहर होंगे फिर तो आपको इन्होंने गलों की लड़ ही नहीं सी, उन्होंने तो पूरी दुनिया के हम तक सारा प्रचार कर भी देना सी इन्हां जिहड़े इन्ने स्वार्थी गदारा ने सरकारां ने जे गुरु पिताई के उत्ते एडे वड्डे इल्जाम नाल आए होंदे ना ते बलात्कारी जां कातल वर्गे शब्द नाल आए होंदे तां वी आपां गुरु पिताई दा नाम लैके भी सारा कर सकदे सी, पर हुण जो आपणा मकसद है सिर्फ यही है भी आपां गुरु पिताई की जो सोच है दुनिया नूं लैके जां समाज नूं लैके उह मतलब आपां दुनिया नूं दसणी है, उह दसणी किस तरीके नाल इह सतगुर आपदे हिसाब नाल आप ही करवा रहे जिहो जिहा समां गुरु प्यारी साहिब संगत जी वह गुरु पिता कहने समझदार नूं इशारा ही करती है भी जो जहा समा हुंदा जो जहा वाह ओ जहा ओला करना ही पैंदा है। तो इस तरीके नाल इह जिहड़ी किताब बनाई गई है सिर्फ ते सिर्फ गुरु पिता की सोच ही है और कुछ ये नहीं है भी असी ज्यादा अपन मतलब कि कितों होर धर्म ग्रंथा चो जा कि होर लिया गया। तो यह सारे ने इस जिहड़ी बुक के उत्ते सहयोग करना, बाकी आपां झंडा भी तुहाडे सामने उह कीता सीगा इह भी गुरु पिताई दा ही वचन सीगा भी जिहड़ी हर इक धर्म ने राह दिखाया जो उस ते चले बंदा जी हर एक छत ते झूले सर्व धर्म का झंडा जी गुरु पिताई की सोच है भी जो धर्म भी पिताई कहते धर्म कोई माड़े नहीं, जो धर्म है वह जो राह सानू दिखाते जिन्हें भी धर्म है जो राह सानू दिखाते हैं भी उसते बंदे नू चलना चाहिए ते हर एक छत के उत्ते जिहड़ा सर्व धर्म का झंडा जो झूलन लगता तुसीं कल्पना करो कि हर छत ते सर्व धर्म का झंडा झूलन लग गया इहदा मतलब धर्म के नाँ ते जात पात के नाँ ते मजहब के नाँ ते सब लड़ाइया खत्म हो जाएगा तो साडे समाज के दोबारा जरा प्रेम जरा है पैदा हो जूगा जिस जो प्रेम हम खत्म होया पे। तो गुरु प्यारी साहब संगत जी अपनी कोशिश है पूरी भी जो पिताई जी सोच जो पिताई चाहते सी उमें जोड़ा है समय के हिसाब न हौली हौली करिए जिन्ना बाकी आप गुरु पिताई अगे सारा अरदास करिए सतगुर अच्छी तेरे नमाने जे बच्चे है तू ही सानू हिम्मत दे ताकत दे सदबुद्धि दे शक्ति दे ताकि तेरी सोच है जी असी पूरी दुनिया दे विच लेके जाइए। धन धन सतगुरु तेरा ही आसरा। हाँ जी भाई धन धन सतगुरु तेरा ही आसरा। सत्संग जी एक और जानकारी थी भी बाढ़ आई थी अभी पिछले महीने तो तब हमने बहुत से लोगों ने कॉल किया था अभी हम मदद करना चाहते हैं तो बाढ़ के बाद क्योंकि हमने उस समय आपसे कहा था कि बाढ़ के बाद अगर कोई ऐसा परिवार मिलता है क्योंकि उतना टाइम या मैन पावर हमारे पास नहीं है तो एक परिवार हमने सेलेक्ट किया है और उस परिवार में एक विधवा बहन है उसके दो तीन बच्चे हैं और मकान के नाम पे उसके पास कच्ची छत है और टूटा फूटा एक कमरा है इससे ज़्यादा कुछ नहीं है और वो भी कब गिर जाए पता नहीं तो ऐसा एक मकान है तो हमने वो आज उसको देखा है और ये सोचा है भी उस मकान को हम दोबारा बना के दे दें मतलब एक दो कमरे जो भी बनते हैं जो बेसिक जरूरत है उनकी ऐसा नहीं कि पूरा आलीशान मकान बनाना है
मतलब इतना है कि वो छत मजबूत हो जाए, प्रॉपर रहने लायक वो हो जाए, क्योंकि वो इस हालत में है कि उसमें कोई इतना अजीब है वो, मतलब कैसे बताएं, वो दयनीय स्थिति में है और जैसे नॉर्मल गली के लेवल से भी नीचा है। तो हमने एक घर सेलेक्ट किया, तो जो लोग इंटरेस्टेड थे उस समय, क्योंकि वैसे लिस्ट तो बनाई नहीं है, भी एक गरीब विधवा बहन है, उसका एक मकान बना के देना है, तो उसको लेके हम कोशिश कर रहे हैं भाई। आप अगर कोई करना चाहो तो हम उसको बना के दे सकते हैं, नहीं होगा तो फिर जैसा हमारे से पॉसिबल होगा हम वैसा कर लेंगे। तो सिलेक्ट हमने कर लिया, अगर किसी ने उस तरह का परमार्थ रखा हुआ है तो वो एक प्लान करके किसी एक व्यक्ति की ड्यूटी लगा के ये काम करवा देंगे। तो आप अगर आपको मंजूर हो तो फिर हम एक वही सैम बग्गा जी हैं उन्हीं के जरिए सारा काम देख लेंगे, या अशोक भाई जी हैं चंडीगढ़ वाले, उनके जरिए कर लेंगे, उनको इस चीज़ की नॉलेज है, तो वो प्रॉपर पहले आपको बता देंगे। अभी हम किसी इंजीनियर से उसका एस्टीमेट निकलवा लेते हैं कितना खर्चा इस पे आएगा, और हमारे टीम में ठेकेदार लोग हैं जिनको ये सारा काम आता है करना पता है, तो ये सबसे एस्टीमेट लगा के नक्शा वगैरह बनवा लेते हैं। इस पे तो हमारा काम फ्री में हो जाएगा, मेन सिर्फ कंस्ट्रक्शन भी होगा जो भी होगा, और वो आपको जो भी होगा सैम बग्गा जी का फ़ोन नंबर दे देंगे, उस पे आप व्हाट्सएप ग्रुप में जो भी लोग हैं तो व्हाट्सएप से आपके पास मैसेज आ जाएगा। अगर ऐसा कुछ प्लान फाइनल होगा तो वो प्रॉपर डिटेल आपको बता देंगे भी कितना अमाउंट है एक्चुअल में, टोटल अमाउंट, और कैसे आपको देना है। तो ऐसे अभी आपको नहीं देना, प्रॉपर आपको व्हाट्सएप ग्रुप में जो फेथ वर्सेस बजट के ग्रुप बने हुए हैं उनको पता है, जो मेंबर उसमें हैं, जो नहीं है वो अपना नंबर लिखवा लो, अगर मेंबर बनना भी चाहते हैं तो उसमें आपका नंबर ऐड कर देंगे, तो आप वो करना चाहो तो कर सकते हैं। तो खैर हम उम्मीद करते हैं, प्रार्थना करते हैं भी सच्चाई जल्दी सामने आए, और हजूर पिता के चरणों में एक आप एक किताब का जो हम कार्य शुरू कर रहे हैं इसको लेके आप हजूर पिता के चरणों में नारा जरूर लगाएं, धन धन सतगुरु तेरा ही आसरा, धन धन सतगुरु तेरा ही आसरा। और इसके अलावा हम चाहते हैं भी, हमारी अरदास है हजूर पिता के चरणों में भी सच्चाई जल्दी सामने आए, इस प्रार्थना के साथ हम भी हम हजूर पिता के चरणों में नारा लगाते हैं, धन धन सतगुरु तेरा ही आसरा। आखिरी में अरदास बोली जाएगी, धन धन सतगुरु तेरा ही आसरा, हे मालिक तुझे लाज है अब बहुत हो गया, तू दया मेर रहमत कर, तेरे प्यार मोहब्बत की राह में हमें कोई दुख तकलीफ ना आए, तू ऐसी रहमत बख्श मैं सबको सुमति दे, किस तरह से देनी है यह तू सब जानता है, जिसको जैसे देनी है वैसी दे वो तेरी मर्जी, धन धन सतगुरु तेरा ही।